दोराहा पुलिस वल्लों जीटी रोड ते नाके दे दौरान खन्ना दी तरफों एक स्विफ्ट कार नूं आंदी होई नूं रोक के तलाशी दे दौरान कार चालक तों एक रिवालवर नजायज ते चार जिंदा कारतूस बरामद किए। पुलिस वल्लों इस मामले की गहराई नाल जांच की जा रही है। ਸੱਚੋ ਸਾਹਿਬ ਜਿਹੜਾ ਇਹ ਅੱਜ ਦੋਸ਼ੀ ਫੜਿਆ ਕਿਸ ਮਾਮਲੇ 'ਚ ਫੜਿਆ ਤੁਸੀਂ? ਸਾਡੇ ਨਾਕਾਬੰਦੀ ਦੌਰਾਨ ਸੀ ਹਰਨੇਕ ਸਿੰਘ ਸਵੇਤ ਪੁਲਿਸ ਪਾਰਟੀ ਪੀ ਡਬਲਯੂ ਰੈਸਟੋਰੈਂਟ ਦੇ ਜੀ ਟੀ ਰੋਡ 'ਤੇ ਨਾਕਾਬੰਦੀ ਕੀਤੀ ਗਈ ਸੀ। ਇੱਕ ਸਵਿਫਟ ਗੱਡੀ ਆਈ ਚਿੱਟੇ ਰੰਗ ਦੀ ਜਿਹਦਾ ਦਿੱਲੀ ਦਾ ਨੰਬਰ ਸੀ। ਅਸੀਂ ਉਸ ਬੰਦੇ ਨੂੰ ਸ਼ੱਕ ਦੇ ਰਾਹ 'ਤੇ ਰੋਕ ਕੇ ਕਾਬੂ ਕੀਤਾ। ਇਸ ਨੇ ਆਪਣਾ ਨਾਮ ਅਜੇ ਕੁਮਾਰ ਦੱਸਿਆ। ਉਹਨੂੰ ਗੱਡੀ 'ਚੋਂ ਉਤਾਰ ਕੇ ਜਦੋਂ ਉਹਦੀ ਹਸਮ ਜਾਤਾ ਤਲਾਸ਼ੀ ਲਈ ਤਾਂ ਉਹਦੇ ਸੱਜੇ ਡੱਬ ਦੇ ਵਿੱਚੋਂ ਇੱਕ ਬਲੌਕ ਪਿਸਟਲ ਅਤੇ ਚਾਰ ਰਾਊਂਡ ਜਿੰਦਾ ਬਰਾਮਦ। दोराहा पुलिस वल्लों जीटी रोड ते नाके दे दौरान खन्ना दी तरफों एक स्विफ्ट कार नूं आंदी होई नूं रोक के तलाशी दे दौरान कार चालक तों एक रिवालवर नजायज ते चार जिंदा कारतूस बरामद किए। पुलिस वल्लों इस मामले की गहराई नाल जांच की जा रही है। ਸੱਚੋ ਸਾਹਿਬ ਜਿਹੜਾ ਇਹ ਅੱਜ ਦੋਸ਼ੀ ਫੜਿਆ ਕਿਸ ਮਾਮਲੇ 'ਚ ਫੜਿਆ ਤੁਸੀਂ? ਸਾਡੇ ਨਾਕਾਬੰਦੀ ਦੌਰਾਨ ਸੀ ਹਰਨੇਕ ਸਿੰਘ ਸਵੇਤ ਪੁਲਿਸ ਪਾਰਟੀ ਪੀ ਡਬਲਯੂ ਰੈਸਟੋਰੈਂਟ ਦੇ ਜੀਟੀ ਰੋਡ 'ਤੇ ਨਾਕਾਬੰਦੀ ਕੀਤੀ ਗਈ ਸੀ। ਇੱਕ ਸਵਿਫਟ ਗੱਡੀ ਆਈ ਚਿੱਟੇ ਰੰਗ ਦੀ ਜਿਹਦਾ ਦਿੱਲੀ ਦਾ ਨੰਬਰ ਸੀ। ਅਸੀਂ ਉਸ ਬੰਦੇ ਨੂੰ ਸ਼ੱਕ ਦੇ ਰਾਹ 'ਤੇ ਰੋਕ ਕੇ ਕਾਬੂ ਕੀਤਾ। ਇਸ ਨੇ ਆਪਣਾ ਨਾਮ ਅਜੇ ਕੁਮਾਰ ਦੱਸਿਆ। ਉਹਨੂੰ ਗੱਡੀ 'ਚੋਂ ਉਤਾਰ ਕੇ ਜਦੋਂ ਉਹਦੀ ਹਸਮ ਜਾਤਾ ਤਲਾਸ਼ੀ ਲਈ ਤਾਂ ਉਹਦੇ ਸੱਜੇ ਡੱਬ ਦੇ ਵਿੱਚੋਂ ਇੱਕ ਬਲੌਕ ਪਿਸਟਲ ਅਤੇ ਚਾਰ ਰਾਊਂਡ ਜਿੰਦਾ ਬਰਾਮਦ।